ਹਾਂਜੀ ਅੱਤਰ ਸਾਹਿਬ, ਗੱਡੀ ਟੁਰ ਪਈ ਹੈ ਸਟੇਸ਼ਨ ਤੋਂ, ਪਤਾ ਨਹੀਂ ਕਦੋਂ ਹੋਣਗੇ ਮੇਲੇ। ਲੈ ਓਈ ਯਾਰ ਹਵਾਲੇ ਰੱਬ ਦੇ, ਮੇਲੇ ਚਾਰ ਦਿਨਾਂ ਦੇ। ਸ਼ੇਰ ਤਾਂ ਪੁੱਠਾ ਸਿੱਧਾ ਹੋ ਗਿਆ ਚੋਈ ਸਾਹਿਬ, ਲੇਕਿਨ ਮਜ਼ਾ ਬਹੁਤ ਆਇਆ। ਮਿੱਟੀ ਦਿੰਦੇ ਹੈ ਜਾ, ਤਾਂ 1.5 ਲੱਖ ਲੈ ਕੇ ਚਲਾਇਆ, ਦੇਖਿਆ ਤਾਂ ਕੈਮਰਾ ਹੀ ਨਹੀਂ ਆਉਣ ਕੀਤਾ ਤਾਂ ਯਾਰ, ਸਮਝ ਗਏ ਆਈ ਮੈਂ ਸਾਹਿਬ, ਇਸ ਵਾਸਤੇ ਕੈਮਰਾ ਆਉਣ ਵਾਲਾ ਜੀ। ਹੁਣ ਚੱਲਦੇ ਪਹਿਲਾਂ ਮਿੰਟ ਯਾਸ਼ੀ ਕਰਨੀ ਹੈ ਨਾ ਮਹਾਰਾਜ ਜਾਂ ਜ਼ਿੰਦਗੀ ਚ, ਮੈਂ ਦੁਬਈ ਆਉਣਾ ਪੈਣਾ। ਇਹ ਦੁਬਈ ਆਏ ਹੋ ਬਗੈਰ ਕੋਈ ਚਾਰਾ ਨਹੀਂ। ਠੀਕ ਹੋ ਗਿਆ ਜੀ, ਸਮਝਾ ਰਿਹਾ ਜੀ। ਦੁਬਈ ਮਰੀਨਾ ਜ਼ਿਆਦਾ ਖੈਰ ਕਰੇ ਪਹੁੰਚ ਜਾਣਾ, 2 ਘੰਟਿਆਂ ਦਾ ਸਫ਼ਰ ਹੈ। ਦੇਖੋ ਅੱਲਾਹ ਕਰੀਮ ਬਿਹਤਰ ਕਰੇਗਾ ਇਨਸ਼ਾਅੱਲਾ। ਅਤੇ ਬਾਕੀ ਨੈਕਸਟ ਵਲੌਗ ਦਾ ਹਿੱਸਾ ਜਿਹੜਾ ਉਹ ਤੁਹਾਨੂੰ ਠਹਿਰ ਕੇ ਬਣਾ ਕੇ ਸੈਂਡ ਕਰਨੀ ਹੈ ਕਿ ਕਿੱਥੋਂ ਤੱਕ ਜਾ ਰਹੀ ਹੈ ਗੱਡੀ, ਸਹੀ ਹੋ ਗਿਆ ਜੀ। ਠੀਕ ਹੈ, ਇੰਨਾ ਕੁ ਵਲੌਗ ਕਾਫ਼ੀ ਹੈ ਫਿਲਹਾਲ। ਓਕੇ ਦੋਸਤ, ਅੱਲਾਹ ਹਾਫਿਜ਼। ਆਤਰ ਨਹੀਂ ਆ, ਗੱਡੀ ਸਾਡੀ ਪਹੁੰਚ ਗਈ ਆ ਮਾਸ਼ਾਅੱਲਾ। ਕਿਹੜੀ ਜਗ੍ਹਾ ਪਹੁੰਚ ਗਈ? ਅਲਫੱਕਾ, ਅਲਫੱਕਾ ਵਾਲੀ ਸਾਈਡ 'ਤੇ ਪਹੁੰਚ ਗਏ। ਹਾਂਜੀ ਆਤਰ ਮੀਆਂ, ਮੈਂ ਹੋਟਲ 'ਤੇ ਬੈਠੇ ਹਾਂ ਜਨਾਬ। ਠੀਕ ਹੈ, ਚੀਤਾ ਹੋਟਲ। ਠੀਕ ਹੈ, ਸ਼ਾਰਟ ਹੀ ਬਣਨਾ ਛੋਟਾ ਜਿਹਾ, ਜ਼ਿਆਦਾ ਨਹੀਂ। ਦੇਖ ਲੈ ਲੈ ਲੈ, ਹੁਣ ਕੋਈ ਵੀ ਚੱਲ ਰਹੀ ਚੱਲ। ਦੋ ਕੋਕ ਵਾਲੇ, ਕੋਕ ਕੋਕ ਨਹੀਂ, ਡਿਊ ਕੋਕ ਕੋਕ ਲਓ ਜੀ, ਖਾਣਾ ਪੀਣਾ ਹੋ ਗਿਆ ਅੱਤ ਸਾਹਿਬ। ਇਹ ਅਲਫੂਆ ਹੈ, ਠੀਕ ਹੈ, ਔਰ ਹੁਣ ਅਸੀਂ ਨਿਕਲ ਲੱਗੇ ਹਾਂ ਆਪਣੇ ਸਫ਼ਰ 'ਤੇ। ਠੀਕ ਹੈ ਜੀ, ਇਹ ਥੋੜ੍ਹਾ ਜਿਹਾ ਦੇਖ ਲਓ ਅਲਫੂਆ ਦੀ ਰੌਣਕ, ਠੀਕ ਹੋ ਗਿਆ। ਇਹ ਸਾਡੀ ਗੱਡੀ ਖੜੀ ਹੈ ਸਾਹਮਣੇ, ਕਰੋਲਾ, ਟਿਓਟਾ ਕਰੋਲਾ। ਐਨ ਚੌਧਰੀ ਜਾ ਕੇ ਵੜ ਲੱਗਾ ਆਪਣੀ ਗੱਡੀ 'ਚ, ਠੀਕ ਹੈ ਜੀ। ਦੇਖ ਦਰਵਾਜ਼ਾ ਓਪਨ ਹੈ, ਲਾਕ ਹੈ, ਲਾਕ ਹੈ, ਓਪਨ ਹੀ ਛੋੜਿਆ ਹੈ। ਹੈਂ, ਬੈਠ ਗਈ ਆਪਣੀ ਗੱਡੀ 'ਚ ਤੇ ਨਿਕਲ ਲੱਗਿਆ ਇਨਸ਼ਾਅੱਲਾ ਤਾਲਾ। ਸਾਨੂੰ ਪਹੁੰਚ ਜਾਣਾ ਤਕਰੀਬਨ, ਅੱਲਾ ਖੈਰ ਕਰੇ, ਅੱਧੇ ਘੰਟੇ 'ਚ ਅਸੀਂ ਅਲੈਂਡ ਪਹੁੰਚ ਜਾਣਾ। ਠੀਕ ਹੈ ਜੀ, ਐਲਫੂਆ ਦਾ ਏਰੀਆ ਅਕਸਰ ਪਕੜੋ ਜ਼ਰਾ, ਤੁਸੀਂ ਥੋੜ੍ਹਾ ਜਿਹਾ ਉੱਥੇ ਨਿਕਲਦੀ ਵੀਡੀਓ ਬਣਾ ਲਓ। ਠੀਕ ਹੈ, ਕਰ ਲਾ ਦੋ ਅਸਲਾਮ ਅੱਤ ਨਾਲ, ਅੱਤ ਨਹੀਂ ਜਾਣੀ ਹੈ ਵੀਡੀਓ। ਹਾਂਜੀ ਚੋ ਸਾਹਿਬ, ਕੀ ਹਾਲ ਹੈ? ਠੀਕ ਠਾਕ ਹੋ? ਹੋਰ ਸੁਣਾਓ, ਸਭ ਖੈਰ ਹੀ ਹੈ? ਤਾਂ ਚੋ ਸਾਹਿਬ, ਕਿਤੇ ਤੁਸੀਂ ਕਾਹ ਕਿਤੇ ਲੋਕੇਸ਼ਨ ਆਪਣੀ ਟਾਈਮ ਨਾਲ ਭੇਜ ਛੱਡ ਦੇਣਾ, ਅਤੇ ਅਸੀਂ ਤੁਹਾਡੇ ਕੋਲ ਪਹੁੰਚ ਜਾਣਾ ਸੀ। ਤੁਹਾਡੀ ਲੋਕੇਸ਼ਨ ਹੀ ਬੜੀ ਲੇਟ ਹੋ ਗਈ ਹੈ। ਚਲੋ ਠੀਕ ਹੈ ਸਾਹਿਬ, ਅੱਲਾਹ ਬੋਲਦਾ, ਅੱਲਾਹ ਹਾਫਿਜ਼, ਗੁੱਡ ਨਾਈਟ। ਉਸੇ ਰਸਤੇ ਦਾ ਇੱਕ ਵੀ ਰਸਤਾ ਹੈ, ਕਹਿੰਦਰ ਵੀ ਹੈ ਜਿੱਧਰ ਵਾਹੀ ਜਾਂਦਾ, ਉਹ ਸਹੀ ਹੈ, ਉਹੀ ਸੇਮ ਰਸਤਾ, ਉਹੀ ਰਸਤੇ ਜਾਣਾ। ਆਏ ਅਸੀਂ ਹੋਰ ਰਸਤੇ ਆ, ਪਤਾ ਗਏ ਅਸੀਂ ਹੋਰ ਰਸਤੇ, ਪਤਾ ਮੈਨੂੰ ਰਸਤੇ, ਮੈਂ ਇੱਧਰ ਹੀ ਆਉਂਦਾ ਹੁੰਦਾ ਵਾਪਸ।
ठीक ठाक हो गड्डी निकल चली है जी लैन नू जा रही है और इंशाल्लाह ताला सही है पर वो उधर वैसे सीन है ना पूरे पीछे ऐ जी नाइट सीन है माशाल्लाह रोड दा ठीक है जी हाथ ना रखो पे छोड़ दे ठीक हो गया जी हम गड्डी जा रही है माशाल्लाह आस्ता आस्ता अल्लाह खैर करे तकरीबन आधे घंटे च अं लैन पहुँच जाएंगे ठीक हो गया जी सही व्यू नज़र आ रहा नाइट व्यू माशाल्लाह बहुत प्यारा व्यू है ठीक है मौसम बहुत अच्छा है और बड़ा अच्छा सफ़र गुजरिया दुबई का ठीक है जी दुबई जाके थोड़ी मुश्किल हुई सी पहले एक लोकेशन एक साइड की भुलिया थोड़ी जी अल्लाह खैर करे उसकी वजह नाल कोई घंटा गुजाया होया तो फिर वापसी से भी एक लोकेशन भुल गए हैं एक जगह तो मिस हो गए थोड़े जे फिर अल्लाह खैर करे कोई डेढ़ घंटा जलील होए फिर पहुँच पहुँच गए अपने अल्लाह खैर करे लैन रोड पर पहुँचना बड़ा मुश्किल हो गया है चलो ठीक है अल्लाह स्टॉप कर दीजिए।